ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬੀ ਏਕਤਾ ਪਾਰਟੀ ਬਣਾ ਕੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਸ਼ੁਰੂਆਤ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਮਜੀਠੀਆ ਨੇ ਹੁਣ ਤਿੱਖਾ ਵਾਰ ਕੀਤਾ। ਖਹਿਰਾ ਵੱਲੋਂ ਪੰਜਾਬ ਵਿੱਚ ਬਣਾਏ ਜਾ ਰਹੇ ਪੰਜਾਬ ਜਮਹੂਰੀ ਗੱਠਜੋੜ ਤੇ ਮਜੀਠੀਆ ਨੇ ਕਾਂਗਰਸ ਨਾਲ ਮਿਲੇ ਹੋਣ ਦੇ ਦੋਸ਼ ਲਾਏ ਨੇ। ਆਮ ਆਦਮੀ ਪਾਰਟੀ ਨੂੰ ਵਾਰ ਵਾਰ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਵਾਲੇ ਸੁਖਪਾਲ ਖਹਿਰਾ ਨੂੰ ਬਿਕਰਮ ਮਜੀਠੀਆ ਨੇ ਪੁੱਛਿਆ ਕਿ ਉਹ ਸਾਰਾ ਦਿਨ ਆਪ ਦੇ ਖਿਲਾਫ਼ ਬੋਲਦੇ ਨੇ ਫਿਰ ਵੀ ਸਮਝੌਤੇ ਦੇ ਚਾਹਵਾਨ ਨੇ, ਨਾਲ ਹੀ ਉਹਨਾਂ ਖਹਿਰਾ ਦੇ ਭਣੋਈਏ ਅਤੇ ਭੈਣ ਤੇ ਕਾਂਗਰਸ ਵੱਲੋਂ ਲੱਖਾਂ ਰੁਪਏ ਦੇ ਫਾਇਦੇ ਲੈਣ ਦੇ ਦੋਸ਼ ਵੀ ਲਾਏ ਨੇ। ਲੋਕ ਇਹ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਰਹੇ ਆ ਕਿ ਖਹਿਰਾ ਸਾਹਿਬ ਕਿਵੇਂ ਆਪ ਤਾਂ ਪਦੇ ਕਹਿੰਦੇ ਸੀਗੇ, ਉਦੋਂ ਰਾਹੁਲ ਗਾਂਧੀ ਦੇ ਛੋਲੇ ਬੜੇ ਗਾਉਂਦੇ, ਕੋਈ ਰਾਹੁਲ ਗਾਂਧੀ ਨੂੰ ਪੱਪੂ ਕਹਿਦੇ ਉਹਦੇ ਗਲ ਤੱਕ ਆਉਂਦੇ ਸੀ। ਅੱਜ ਰਾਹੁਲ ਗਾਂਧੀ ਮਾੜਾ ਹੋ ਗਿਆ, ਫਿਰ ਕੇਜਰੀਵਾਲ ਇਨਕਲਾਬੀ ਹੋ ਗਿਆ ਸੀ, ਅੱਜ ਕੇਜਰੀਵਾਲ ਮਾੜਾ ਹੋ ਗਿਆ। ਅੱਜ ਸਮਝ ਆਈ ਹੈ ਕਿ ਥੋੜ੍ਹੇ ਦੇਰ ਦੀ ਗੱਲ ਹੈ, ਆਹ 2019 ਤੋਂ ਬਾਅਦ ਉਹਨਾਂ ਨੇ ਕਾਂਗਰਸ 'ਚ ਸ਼ਾਮਿਲ ਹੋ ਜਾਣਾ। ਕਿਉਂ ਹੋ ਜਾਣਾ? ਭੈਣ ਕਾਂਗਰਸ 'ਚ, ਭਾਈਆ ਕਾਂਗਰਸ 'ਚ, ਭਣੇਵੀ ਕਾਂਗਰਸ 'ਚ, ਅਤੇ 4 ਲੱਖ ਦੀ ਤਨਖਾਹਾਂ ਲੈਂਦੇ ਆ ਉੱਥੋਂ। ਐਡਵੋਕੇਟ ਜਨਰਲ ਦੇ ਦਫ਼ਤਰ ਦੀ ਜਿਹੜੀ ਸੈਲਰੀ ਲਾ ਲਓ 1.5-2 ਲੱਖ, ਰਣਜੀਤ ਸਿੰਘ ਹੋਰਾਂ ਨੂੰ 1.5-2 ਲੱਖ ਮਿਲਦੀ, ਸਹੂਲਤਾਂ ਮਿਲੀਆਂ, ਗੱਡੀ ਮਿਲੀ ਹੈ, ਕਿੰਨੇ ਦੀ ਹੈ ਜੀ ਉਹ ਗੱਡੀ, ਇਨੋਵਾ ਗੱਡੀ ਜਿਹੜੀ ਲਈ, 25-30 ਲੱਖ ਦੀ ਕੈਪਟਨ ਨੇ ਗੱਡੀ ਦਿੱਤੀ ਹੈ, ਤੂੰ ਤੇਲ ਮੁਫ਼ਤ ਆ ਉਹਦੇ 'ਚ, ਕਿ ਤੂੰ ਤਗੜਾ ਹੋ ਕੇ ਪ੍ਰਚਾਰ ਕਰ। ਅਤੇ ਉਹ ਭਾਈਆ ਕਿਹਦਾ ਕਿਹਦਾ ਭਾਈਆ? ਰਣਜੀਤ ਸਿੰਘ ਖਹਿਰੇ ਦਾ। ਇਸ ਲਈ ਜਿਹੜੇ ਰਲ ਮਿਲ ਕੇ ਖੇਡਾਂ ਖੇਡ ਰਹੇ ਨਾ ਲੋਕ ਸਮਝ ਰਹੇ ਇਹ, ਤੁਹਾਡੇ ਲਈ ਕੱਢਦੇ ਆ, ਰਾਤ ਨੂੰ ਭਿਓ ਖਿਚੜੀ ਹੁੰਦੇ ਆ। ਸਵੇਰੇ ਤਾਂ ਕਹਿੰਦੇ ਕੇਜਰੀਵਾਲ ਮਾੜਾ, ਸ਼ਾਮ ਨੂੰ ਕਹਿੰਦੇ ਗਠਬੰਧਨ 'ਚ ਸ਼ਾਮਿਲ ਹੋ ਜਾ। ਮੈਨੂੰ ਤਾਂ ਉਹ ਕਹਾਣੀ ਨਹੀਂ ਸਮਝ ਆਉਂਦੀ। ਮੈਂ ਤੁਹਾਨੂੰ ਤਦੇ ਕਹਿ ਰਿਹਾ, ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ, ਕਾਂਗਰਸ ਦੀ ਬੀ ਟੀਮ ਹੈ, ਓਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ। ਨਹੀਂ ਤਾਂ ਕਾਂਗਰਸ ਨਾਲ ਜੇ ਖਹਿਰਾ ਸਾਹਿਬ ਨੂੰ ਇੰਨੀ ਢਿੱਡ ਪੀੜ ਹੈ, ਅਤੇ 25 ਸਾਲਾਂ ਤੋਂ 22 ਸਾਲ ਤਾਂ ਕਾਂਗਰਸ 'ਚ ਰਹੇ, 5 ਤੋਂ 4 ਇਲੈਕਸ਼ਨਾਂ ਕਾਂਗਰਸ 'ਚ ਲੜੀਆਂ, ਅੱਜ ਵੀ ਆਪਦੀ ਭਾਈਆ ਸਾਹਿਬ ਨੂੰ, ਆਪਦੀ ਭਣੇਵੀ ਨੂੰ, ਭੈਣ ਜੀ ਨੂੰ ਤਾਂ ਉੱਥੇ ਛੱਡਿਆ ਹੈ। ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਹਾ, ਜਿੱਥੋਂ ਤਨਖਾਹਾਂ ਚੱਲ ਰਹੀਆਂ, ਬੱਤੀ ਦੇ ਬਿੱਲ ਜਾ ਰਹੇ, ਸਭ ਕੁਝ ਜਾ ਰਿਹਾ। ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਕਿ ਕਾਂਗਰਸ ਮਾਰੀ ਹੈ, ਅਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ। ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿਣਾ, ਲੋਕ ਬੜੇ ਸਿਆਣੇ ਆ, ਇੱਕ ਵਾਰੀ ਤਾਂ ਹੋ ਲਿਆ, ਬਾਰ ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ। ਇਹ ਕਾਂਗਰਸ ਦਾ ਫਰੰਟ ਫੇਲ ਹੋਣਾ, ਇੱਕ ਫਰੰਟ ਹੋ ਗਿਆ ਖਹਿਰਾ ਸਾਹਿਬ ਦਾ, ਇੱਕ ਫਰੰਟ ਹੋ ਗਿਆ ਦਿੱਲੀ 'ਚ ਵਿਚਾਰਾਂ ਸਾਂਝੀਆਂ ਨੇ ਰਾਹੁਲ ਗਾਂਧੀ ਦੀਆਂ, ਕੇਜਰੀਵਾਲ ਦੀਆਂ, ਇੱਥੇ ਆ ਕੇ ਲੋਕਾਂ ਨੂੰ ਭੰਬਲ ਭੂਸੇ ਪਾਉਂਦੇ ਕਿ ਨਹੀਂ, ਜਾਂ ਇਹ ਫਰੰਟ ਹੈ। ਇਹ ਸਾਰਾ ਇੱਕ ਓਪੋਜੀਸ਼ਨ ਵੋਟ ਨੂੰ ਖੇਰੂ ਕਰਨ ਦੀ ਰਾਜਨੀਤੀ ਹੈ, ਜਿਹੜੀ ਫੇਲ ਹੋ ਜਾਣੀ। ਇੱਕ ਕਾਂਗਰਸ, ਇੱਕ ਉਹਨਾਂ ਦੀ ਬੀ ਟੀਮ ਦਾ ਮਹਾਂਗਠਬੰਧਨ, ਇਹ ਤਾਂ ਹੋ ਨਹੀਂ ਸਕਦਾ ਕਿ ਖਹਿਰਾ ਸਾਹਿਬ ਦਾ 5-5 ਲੱਖ ਦਾ ਉਹਦਾ ਟੱਬਰ ਫਾਇਦਾ ਲਈ ਜਾਵੇ ਕਾਂਗਰਸ 'ਚ, ਅਤੇ ਉਹ ਕਾਂਗਰਸ ਨੂੰ ਗਾਲਾਂ ਕੱਢੇ, ਕਦੇ ਗੱਲ ਬਣ ਸਕਦੀ ਹੈ? ਇਸੇ ਤਰ੍ਹਾਂ ਇਹਨਾਂ ਦਾ ਕੰਮ ਹੈ ਦੂਜਿਆਂ ਦਾ। ਸਪੀਕਰ ਨੇ ਰਾਦੀ ਨਹੀਂ ਕਰਨੀ ਜੀ ਕਿਸੇ ਦੀ ਮੈਂਬਰੀ, ਕਾਰਨ ਕਿਉਂਕਿ ਰਲੇ ਆ। ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਇਹ ਦੇਖੋ ਕਾਨੂੰਨ ਦੀਆਂ, ਕੌਂਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਕੌਂਸਟੀਟਿਊਸ਼ਨ, ਆ ਮੇਰਾ ਮੁੰਡਾ ਹੈ ਜੀ ਇੱਥੇ, ਮੇਰੇ ਕਾਗਜ਼ ਹੋਣੇ, ਸ਼ਡਿਊਲ 10 ਸਬਸੈਕਸ਼ਨ 2 ਕਲੋਜ਼ 1 ਏ 'ਚ ਬੜਾ ਕਲੀਅਰ ਹੈ, ਕੌਂਸਟੀਟਿਊਸ਼ਨ ਆਫ ਇੰਡੀਆ ਨੇ 10th ਸ਼ਡਿਊਲ 'ਚ ਕਲੀਅਰ ਕੀਤਾ ਕਿ ਡਿਸਕੁਆਲੀਫਿਕੇਸ਼ਨ ਮੈਂਬਰ ਦੀ ਕਿਵੇਂ ਕਿਵੇਂ ਬਣਦੀ ਹੈ। ਇੱਕ ਤਾਂ ਬਣਦੀ ਹੈ ਕਿ ਜਦ ਕੋਈ ਵੋਲੰਟੈਰਲੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਆਪਣੀ ਪਾਰਟੀ ਤੋਂ ਛੱਡ ਜੇ, ਉਹ ਛੱਡ ਗਏ ਆ, ਅਤੇ ਕੌਂਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਜਿਹੜਾ ਸਾਨੂੰ ਸਭ ਨੂੰ ਗਵਰਨ ਕਰਦਾ ਕਿ ਇਹ ਡਿਸਕੁਆਲੀਫਾਈਡ ਫਿਰ ਕਰ ਦਿੱਤੇ ਜਾਣ। ਮਗਰ ਕੌਣ ਡਿਸਕੁਆਲੀਫਾਈ ਨਹੀਂ ਕਰ ਰਿਹਾ? ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਿਉਂ ਨਹੀਂ ਕਰ ਰਹੇ? ਕਿਉਂਕਿ ਰਲੇ ਆ। ਜੇ ਕੈਂਸਲ, ਇਹ ਪਹਿਲਾਂ ਗੱਲ ਮੁੱਕੀ ਸੀ ਕਿ ਮੈਂ ਆਪ 'ਚ ਪਾ ਦੂੰ ਖੱਲਰ, ਕਾਂਗਰਸ ਨੂੰ ਕਰ ਦੂੰ ਫਾਇਦਾ, ਮਗਰ ਮੇਰੀ ਸਦੱਸਿਆ ਦਾ ਨਹੀਂ ਰੱਦ ਹੋਣੀ ਚਾਹੀਦੀ, ਤਾਂ ਸਪੀਕਰ ਸਾਹਿਬ ਉੱਤੇ ਪੈਰਾ ਦੇ ਰਹੇ। ਇਹ ਹਰ ਜਗ੍ਹਾ, ਫੂਲਕਾ ਸਾਹਿਬ ਨੇ ਕਦੋਂ ਦਾ ਅਸਤੀਫਾ ਦਿੱਤਾ? ਤੁਹਾਨੂੰ ਬੋਲ ਕੇ ਕਹਿਤਾ, ਲਿਖ ਕੇ ਕਹਿਤਾ, ਸਭ ਕੁਝ ਕਹਿਤਾ, ਉਹ ਵੀ ਨਹੀਂ ਪ੍ਰਵਾਨ ਹੋਈ। ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ, ਦੀਜ਼ ਆਰ ਆਲ ਇੰਡੀਕੇਸ਼ਨਸ, ਐਂਡ ਜਿਹੜਾ ਕੌਂਸਟੀਟਿਊਸ਼ਨ ਦੇ ਵੀ ਹੁਣ ਸ਼ਿਕਾਇਤ ਕਰਤੀ ਹੈ, ਹੁਣ ਭਾਵੇਂ ਪਬਲਿਕ ਪ੍ਰੈਸ਼ਰ ਤੋਂ ਬਾਅਦ ਐਕਸੈਪਟ ਹੋ ਜੇ, ਨਹੀਂ ਤਾਂ ਕੌਂਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਇਹ ਮਹਾਂਗਠਬੰਧਨ ਨੂੰ ਕਾਂਗਰਸ ਦਾ ਤਾਂ ਇਹਨਾਂ ਪਾਰਟੀਆਂ ਦੇ ਆਪ ਪਾਪ ਦਾ, ਸਭ ਦਾ ਪਾਪ ਲੁਕਾਉਣਾ।